ਨਾਨਕ ਸਿੰਘ ਦਾ ਨਾਵਲ ਮੰਜਦਾਰ ਦਾ ਚੌਥਾ ਹੰਗ ਪਾਪ ਤੇ ਪੁੰਨ ਧਰਮ ਤੇ ਅਧਰਮ ਹਨੇਰਾ ਤੇ ਚਾਨਣਾ ਇਹ ਸਭ ਕੀ ਹੈ ਇੱਕੋ ਤਸਵੀਰ ਦੇ ਦੋ ਪਾਸੇ ଅਥਵਾ ਜੀਵਨ ਨਦੀ ਦੇ ਦੋ ਕਿਨਾਰੇ ਜਿਸ 'ਚ ਹਰ ਵੇਲੇ ਅਨੇਕਾਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ ਕੋਈ ਤਾਂ ਸਾਨੂੰ ਧੱਕ ਕੇ ਪਰਲੇ ਕੰਡੇ ਵੱਲ ਐ ਤੁਰਦੀ ਹੈ ਮਗਰੋਂ ਕੋਈ ਹੋਰ ਆ ਕੇ ਸਾਨੂੰ ਉਰਾਰਲੇ ਕੰਡੇ ਵੱਲ ਖਿੱਚਣਾ ਸ਼ੁਰੂ ਕਰ ਦਿੰਦੀ ਹੈ ਪਰ ਜ਼ਿੰਦਗੀ ਦੀ ਨਦੀ ਨਿਰੰਤਰ ਵਹਿੰਦੀ ਚਲੀ ਜਾਂਦੀ ਹੈ ਨਾ ਉਸ ਵਿੱਚੋਂ ਕੁਝ ਘਟਦਾ ਹੈ ਨਾ ਵੱਧਦਾ ਹੈ ਸਾਡੇ ਕਰਮ ਤੇ ਪ੍ਰਤੀਕਰਮ ਪ੍ਰਸਪਰ ਵਿਰੋਧੀ ਲਹਿਰਾਂ ਬਣ ਕੇ ਸਾਡੇ ਸਾਹਮਣੇ ਆਈ ਜਾਂਦੇ ਨੇ ਜਿਨ੍ਹਾਂ 'ਚੋਂ ਕਿਸੇ ਨੂੰ ਅਸੀਂ ਪਾਪ ਕਹਿ ਦਿੰਦੇ ਹਾਂ ਕਿਸੇ ਨੂੰ ਪੁੰਨ ਕਿਸੇ ਨੂੰ ਦੁੱਖ ਕਿਸੇ ਨੂੰ ਸੁੱਖ ਇਹਨਾਂ ਦੇ ਅਸਰਾਂ ਨਾਲ ਅਸੀਂ ਅਨੇਕਾਂ ਵਾਰੀ ਬਣਨ ਤੇ ਬਾਅਦ ਵਿਗੜਦੇ ਤੇ ਵਿਗੜਨ ਤੋਂ ਬਾਅਦ ਬਣਦੇ ਰਹਿੰਦੇ ਹਾਂ ਡਾਕਟਰ ਅਨੰਦ ਵੀ ਉਹਨਾਂ ਜੀਵਨ ਰਾਈਆਂ 'ਚੋਂ ਇੱਕ ਹੈ ਜਿਨ੍ਹਾਂ ਦੇ ਕਦਮ ਕਿਸੇ ਮੋੜ ਜਾਂ ਦੁਰਾਹੇ ਉੱਤੇ ਜਾ ਕੇ ਡਗਮਗਾਉਣ ਲੱਗ ਪੈਂਦੇ ਨੇ ਤੇ ਜਿਹਦੀ ਅੱਖਾਂ ਮੰਜ਼ਿਲ ਦੀ ਸੇਧ ਵੱਲੋਂ ਕਈ ਵਾਰ ਅਚਿੰਤੇ ਹੀ ਹਟ ਕੇ ਕਿਸੇ ਹੋਰ ਦੁਨੀਆ 'ਚ ਗਵਾਚ ਜਾਇਆ ਕਰਦੀਆਂ ਨੇ ਉਹਦੀ ਉਮਰ 30 ਦੇ ਲਗਭਗ ਹੈ ਪਰ ਜ਼ਿੰਦਗੀ ਦੇ ਕਈਆਂ ਵਿਖੜੇ ਤਿੱਖੜੇ ਰਾਹਾਂ ਥਾਣੀ ਲੰਘਦੇ ਰਹਿਣ ਕਰਕੇ ਉਹਦੇ ਤਜਰਬਿਆਂ ਦੀ ਉਮਰ ਕਾਫੀ ਲੰਮੀ ਹੋ ਗਈ ਹੈ ਗਠੀਲੇ ਸਰੀਰ ਤੇ ਉੱਚੇ ਲੰਮੇ ਕੱਦ ਦਾ ਅਪ ਟੂ ਡੇਟ ਤੇ ਬਣਿਆ ਸਮਰਿਆ ਹੋਇਆ ਉਹਦਾ ਰੰਗ ਆਮ ਪੰਜਾਬੀਆਂ ਵਰਗਾ ਕਣਕ ਵਰਨਾ ਮੱਥਾ ਚੌੜਾ ਸੁਭਾਅ ਨਾ ਬਹੁਤਾ ਗੰਭੀਰ ਨਾ ਬਹੁਤਾ ਚੁਲਬੁਲਾ ਹੈ ਪਰ ਉਹਦੇ ਬੋਲਣ ਢੰਗ 'ਚ ਇੱਕ ਅਦਾ ਜ਼ਰੂਰ ਹੈ ਜਿਹੜੀ ਆਮ ਵਿੱਚ ਘਾਟ ਹੀ ਦਿਖਾਈ ਦਿੰਦੀ ਹੈ ਇਸੇ ਅਦਾ ਦੀ ਮਦਦ ਨਾਲ ਉਹ ਇੱਕਦ ਮੁਲਾਕਾਤ ਨਾਲ ਹੀ ਹਰ ਇੱਕ ਆਦਮੀ ਨੂੰ ਆਪਣਾ ਮਿੱਤਰ ਤੇ ਸ਼ੁਭਚਿੰਤਕ ਬਣਾ ਲੈਂਦਾ ਹੈ ਡਾਕਟਰ ਅਨੰਦ ਨੂੰ ਅੱਜ ਅਸੀਂ ਬੜੇ ਉੱਚੇ ਮਰਾਤਬੇ ਤੇ ਚੜ੍ਹਦੀਆਂ ਕਲਾਂ ਵਿੱਚ ਵੇਖ ਰਹੇ ਹਾਂ ਉਹ ਇਸ ਵੇਲੇ ਨਾ ਕੇਵਲ ਅੰਮ੍ਰਾਲੇ 'ਚ ਇੱਕ ਮੰਨਿਆ ਪਰ ਮੰਨਿਆ ਡਾਕਟਰ ਹੈ ਬਲਕਿ ਡਾਕਟਰ ਤੋਂ ਛੁੱਟ ਮਹਿਕਮਾ ਮੁਰਵਸਾਉ ਵੱਲੋਂ ਕਸਟੋਡੀਅਨ ਦੇ ਅਹੁਦੇ ਤੇ ਵੀ ਲੱਗਾ ਹੋਇਆ ਹੈ ਜਿਸ ਕਰਕੇ ਉਹਦੀ ਮਹਾਨਤਾ ਹੋਰ ਵੀ ਵੱਧ ਗਈ ਹੈ ਇਸ ਮਰਾਤਬੇ ਤੇ ਪਹੁੰਚਣ ਲਈ ਉਹਨੂੰ ਘੱਟ ਕੀਮਤ ਨਹੀਂ ਦੇਣੀ ਪਈ ਉਹਨੂੰ ਇੱਥੇ ਤੱਕ ਪਹੁੰਚਦਿਆਂ ਪਹੁੰਚਦਿਆਂ ਬੜੇ ਪਿਖੜੇ ਪੰਡੇ ਕੱਟਣੇ ਪਏ ਨੇ ਉਸ ਵਿੱਚ ਦੇਸ਼ ਭਗਤੀ ਦੀ ਲਗਨ ਮੁੱਢ ਤੋਂ ਹੀ ਸੀ ਜਿਹੜੀ ਕਾਲਜ ਛੱਡਣ ਤੋਂ ਬਾਅਦ ਹੋਰ ਵੀ ਜ਼ੋਰ ਫੜ ਗਈ ਇਸ ਲਗਨ ਨੇ ਉਹਨੂੰ ਕਿਹੜੇ-ਕਿਹੜੇ ਕਸ਼ਟ ਨਹੀਂ ਭੁਗਤਾਏ ਦੇਸ਼ ਸੇਵਾ ਤੇ ਕੌਮ ਪ੍ਰਸਤੀ ਦੇ ਮੈਦਾਨ ਚ ਆ ਕੇ ਉਹਨੇ ਸਭ ਤੋਂ ਮਹਾਨਤਾ ਵਾਲਾ ਕੰਮ ਇਹ ਕੀਤਾ ਕਿ ਇੱਕ ਦਿਨ ਬਾਪੂ ਗਾਂਧੀ ਦੀ ਤਸਵੀਰ ਸਾਹਮਣੇ ਰੱਖ ਕੇ ਉਹਨੇ ਤਿੰਨ ਪ੍ਰਣ ਧਾਰਨ ਕੀਤੇ ਕਿ ਜਦ ਤੱਕ ਮੇਰਾ ਵਤਨ ਆਜ਼ਾਦ ਨਹੀਂ ਹੋ ਜਾਂਦਾ ਮੈਂ ਪਹਿਲਾ ਨੰਗੇ ਪੈਰ ਰਹਾਗਾ ਦੂਜਾ ਅੱਠ ਪੈਰੀ ਰੋਟੀ ਖਾਇਆ ਕਰਾਂਗਾ ਤੇ ਤੀਜਾ ਪੁੰਜੀ ਸਮਿਆਂ ਕਰਾਂਗਾ ਇਸ ਪ੍ਰਣ ਨੂੰ ਉਹਨੇ ਲਗਾਤਾਰ ਕਈ ਸਾਲਾਂ ਤੀਕ ਨਿਭਾਇਆ ਉਦੋਂ ਤੀਕ ਜਦ ਤੱਕ ਭਾਰਤ ਆਜ਼ਾਦ ਨਹੀਂ ਹੋ ਗਿਆ ਉਹ ਕੋਈ ਬਹੁਤੇ ਅਮੀਰ ਮਾਪਿਆਂ ਦਾ ਪੁੱਤਰ ਤਾਂ ਨਹੀਂ ਸੀ ਫਿਰ ਵੀ ਉਹਦੇ ਮਾਪੇ ਬਹੁਤ ਚੰਗੇ ਗੁਜ਼ਾਰੇ ਵਾਲੇ ਸਨ ਉਹ ਦਾ ਪਿਓ ਪੈਨਸ਼ਨਰ ਸੀ ਜਿਹੜਾ ਆਪਣੀ ਸਾਰੀ ਜਵਾਨੀ ਨੂੰ ਅੱਧ ਬੁਢੇ ਪਾਂਗਰੇ ਸਰਕਾਰ ਭਗਤੀ ਚ گزار ਚੁੱਕਾ ਸੀ ਪੁੱਤਰ ਨੂੰ ਪੜਾ ਕੇ ਉਹ ਆਪਣੇ ਸਰਕਾਰ ਮਾਈ ਬਾਪ ਦੀ ਮਦਦ ਨਾਲ ਉਹਨੂੰ ਕਿਸੇ ਬਹੁਤ ਉੱਚੇ ਮਰਤਬੇ ਤੇ ਪਹੁੰਚਾਉਣ ਦੇ ਸੁਪਨੇ ਲਿਆ ਕਰਦਾ ਸੀ ਪਰ ਜਿਉਂ ਹੀ ਪੁੱਤਰ ਨੇ ਹਕੂਮਤ ਦੇ ਬਾਗੀਆਂ ਨਾਲ ਰਲਣਾ ਸ਼ੁਰੂ ਕੀਤਾ ਕਿ ਦੋਆਪੂਆ ਪਿਓ ਪੁੱਤਰਾਂ ਦੇ ਰਾਹ ਵੱਖੋ ਵੱਖ ਹੋ ਗਏ ਸਮਝਾਣ-ਭੁਜਾਣ 'ਚ ਜਦ ਸੂਬੇਦਾਰ ਹੋਰੀ ਸਫਲ ਨਾ ਹੋ ਸਕੇ ਤਾਂ ਆਪਣੇ ਫੌਜੀ ਤਬੀਅਤ ਅਨੁਸਾਰ ਪੁੱਤਰ ਨੂੰ ਪਾਰਖਤੀ ਦੇ ਦਿੱਤੀ ਤੇ ਸਾਰੀ ਉਮਰ ਉਹਨੂੰ ਮੱਥੇ ਨਾ ਲਾਣ ਦੀ ਸੌਂਖਾ ਲਈ ਜਿਉਂ ਹੀ ਡਾਕਟਰ ਆਨੰਦ ਨੂੰ ਪਾਰਖਤੀ ਮਿਲੀ ਕਿ ਉਹਦੀ ਦੇਸ਼ ਭਗਤੀ ਦੀ ਲਗਨ ਹੋਰ ਵੀ ਸਾਨ ਤੇ ਚੜ ਗਈ ਉਹਨੇ ਘਰ-ਬਾਰ ਛੱਡ ਕੇ ਅੰਬਾਲਾਏ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸ਼ੁਰੂ-ਸ਼ੁਰੂ ਚੋਂ ਉਹਨੂੰ ਆਪਣੇ ਕੰਮ 'ਚ ਬਹੁਤੀ ਸਫਲਤਾ ਨਾ ਹੋਈ ਪਰ ਜਿਉਂ ਹੀ ਇੱਕ ਤੋਂ ਬਾਅਦ ਦੂਜੀ ਵਾਰੀ ਉਹਨੂੰ ਜੇਲ੍ਹ ਜਾਣ ਦਾ ਮੌਕਾ ਮਿਲਿਆ ਕਿ ਜਿੱਥੇ ਉਹਦੀ ਦੇਸ਼ ਭਗਤੀ ਦੀਆਂ ਧੂਮਾਂ ਪੈ ਗਏ ਉੱਥੇ ਉਹਦਾ ਕਾਰੋਬਾਰ ਵੀ ਖੂਬ ਚਮਕ ਗਿਆ ਜੰਜੋ ਦੀ ਸ਼ੋਰਤ ਵਾਧੀ ਕੀ ਉਹਦੇ ਸਫਾਖਾਨੇ 'ਚ ਮਰੀਜ਼ਾਂ ਦੀ ਭੀੜ ਜਿਆਦਾ ਤੋਂ ਜਿਆਦਾ ਹੁੰਦੀ ਗਈ। ਇਸ ਉਤਸ਼ਾਹ ਦਾ ਫਲ ਰੂਪ ਡਾਕਟਰ ਦੇ ਅੰਦਰ ਸੇਵਾ ਤੇ ਤਿਆਗ ਦੇ ਭਾਵ ਹੋਰ ਵੀ ਜ਼ੋਰ ਫੜਦੇ ਗਏ। ਜਵਾਨੀ 'ਚ ਪਹੁੰਚ ਕੇ ਵਿਆਹ ਸ਼ਾਦੀ ਦਾ ਸਵਾਲ ਹਰ ਇੱਕ ਨੌਜਵਾਨ ਦੇ ਸਾਹਮਣੇ ਪੈਦਾ ਹੋਣਾ ਕੁਦਰਤੀ ਗੱਲ ਐ। ਡਾਕਟਰ ਅਨੰਦ ਦੇ ਸਾਹਮਣੇ ਵੀ ਸੀ। ਉਹ ਇਸ ਵੇਲੇ ਚੰਗੀ ਪੋਜੀਸ਼ਨ ਵਿੱਚ ਸੀ। ਵੱਡੇ ਤੋਂ ਵੱਡੇ ਘਰਾਣੇ ਦੀ ਲੜਕੀ ਪ੍ਰਾਪਤ ਕਰ ਸਕਣਾ ਉਸ ਲਈ ਕੁਝ ਵੀ ਮੁਸ਼ਕਲ ਨਹੀਂ ਸੀ। ਕਈਆਂ ਕੁੜੀਆਂ ਦੇ ਮਾਪਿਆਂ ਨੇ ਉਹਨੂੰ ਟੋਹਿਆ ਟੁੰਬਿਆ ਵੀ। ਪਰ ਡਾਕਟਰ ਤਾਂ ਲੋਹੇ ਦਾ ਥਾਣੀ ਬਣਿਆ ਬੈਠਾ ਸੀ ਇਸ ਕਰਕੇ ਕਈ ਲੋਕੋ ਨੂੰ ਜਨੂਨੀ ਯਾਨੀ ਪਾਗਲ ਆਖਣ ਲੱਗ ਪਏ ਵਿਆਹ ਦੇ ਸਬੰਧ ਚ ਉਹਦਾ ਨੁੱਖਾ ਜਿਹਾ ਸਿਧਾਂਤ ਸੀ ਜਿਹਦਾ ਮਤਲਬ ਇਹ ਹੋ ਨਿਕਲਦਾ ਸੀ ਨਾ ਨੌਮਣ ਤੇਲ ਹੋਵੇ ਨਾ ਰਾ ਦਾ ਨੱਚੇ ਉਹਦਾ ਕਹਿਣਾ ਸੀ ਕਿ ਮੈਂ ਨਿਹਰਾਪੁਰਾ ਗ੍ਰਸਥ ਦੀ ਗੱਡੀ ਖਿੱਚਣ ਲਈ ਵਿਆਹ ਨਹੀਂ ਕਰਾਉਣਾ ਸਗੁਆਦਰਸ਼ਕ ਜੀਵਨ ਜੀਣ ਖਾਤਰ ਕਰਾਵਾਂਗਾ ਮੈਨੂੰ ਉਹ ਸਾਥਣ ਚਾਹੀਦੀ ਹੈ ਜਿਹੜੀ ਮੇਰੇ ਨਾਲ ਬਰਾਬਰ ਦੀ ਉਡਾਰੀ ਲਾ ਸਕੇ ਮੇਰੀ ਹਮਖਿਆਲ ਹੋਵੇ ਮੇਰੀ ਹਮਨਸ਼ੀਨ ਮੇਰੀ ਹਮ ਅਸੂਲ ਹੋਏ ਜਨੂਨੀ ਸਹੀ ਸਿਰੜੀ ਸਹੀ ਜਾਂ ਜੋ ਕੁਝ ਵੀ ਸਮਝ ਲਓ ਸਹੀ ਪਰੇਸ਼ਟ ਕੋਈ ਸ਼ੱਕ ਨਹੀਂ ਕਿ ਡਾਕਟਰ ਆਨੰਦ ਹੀ ਸ਼ੋਭਾ ਸ਼ਹਿਰ ਦੇ ਗਲੀ ਕੁਚੇ ਫੈਲ ਗਏ ਜਦ ਤੋਂ ਨੇ ਆਪਣੀ ਦੁਕਾਨ ਅੱਗੇ ਗਰੀਬਾਂ ਤੇ ਰਫਿਊਜ਼ੀਆਂ ਲਈ ਇਲਾਜ ਮੁਫਤ ਦਾ ਸਾਈਨ ਬੋਰਡ ਲਾਇਆ ਤਦ ਤੋਂ ਅਵਤਾਰਾਂ ਵਾਂਗੂ ਦੀ ਪੂਜਾ ਹੋਣ ਲੱਗੀ ਉਹਦੀ ਸਖਾਵਤ ਤੋਂ ਲਾਭ ਉਠਾਣ ਲਈ ਕਈ ਸਰਦੇ ਪੁੱਜ ਦੇ ਲੋਕ ਵੀ ਆਪਣੇ ਆਪ ਨੂੰ ਗਰੀਬ ਦੱਸ ਕੇ ਸਥਾਨਕ ਵਸਣ ਦੇ ਆਪਣੇ ਆਪ ਨੂੰ ਸ਼ਰਨਾਰਥੀ ਪ੍ਰਗਟ ਕਰਕੇ ਮੁਫਤ ਦਵਾਈਆਂ ਲੈ ਜਾਇਆ ਕਰਦੇ ਉਦੀ ਦੁਕਾਨ ਅਗੇ ਹਰ ਵੇਲੇ ਦੀਵਾਲੀ ਵਿਸਾਖੀ ਦਾ ਮੇਲਾ ਹੀ ਲੱਗਾ ਰਹਿੰਦਾ। ਭਾਰਤ ਨੂੰ 2 ਸਦੀਆਂ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੀ ਰੱਖਣ ਤੋਂ ਬਾਅਦ ਹਿੰਦੁਸਤਾਨ ਦੇ ਚਿੱਟੇ ਮਾਈ ਬਾਪ ਇੱਥੋਂ ਜਾਂਦੇ ਜਾਂਦੇ ਸਾਡੇ ਬਾਰੂਦਖਾਨੇ 'ਚ ਫਸਾਦਾਂ ਦੀ ਚਿੰਗ ਸੁੱਟ ਗਏ ਸਨ। ਜਿਹਦਾ ਫਲ ਪ੍ਰਾਪਤੀ ਤੋਂ ਜਿਹਦੀ ਫਲ ਪ੍ਰਾਪਤੀ ਤੋਂ ਕੌਣ ਜਾਣੂ ਨਹੀਂ ਫਿਰ ਵੀ ਹਰ ਇੱਕ ਜ਼ਬਾਨੋਂ ਸੁਣਾਈ ਦਿੰਦਾ। ਭਾਰਤ ਆਜ਼ਾਦ ਹੋ ਗਿਆ ਹੈ। ਇਸ ਆਜ਼ਾਦੀ ਦੀ ਖੁਸ਼ੀ 'ਚ 15 ਅਗਸਤ 1947 ਨੂੰ ਭਾਰਤੀਆਂ ਵੱਲੋਂ ਥਾਂ-ਥਾਂ ਜਸ਼ਨ ਮਨਾਏ ਗਏ। ਉਸ ਦਿਨ ਅਰਥਾਤ 15 ਅਗਸਤ ਨੂੰ ਅੰਬਾਲੇ ਦੀ ਆਮ ਜਨਤਾ ਤੇ ਕਾਂਗਰਸੀ ਸੇਵਕਾਂ ਦੇ ਇੱਕ ਭਾਰੀ ਇਕੱਠ ਵਿੱਚ ਡਾਕਟਰ ਆਨੰਦ ਦੇ ਪ੍ਰਣ ਉਪਾਸਨ ਦੀ ਰਸਨਾ ਰਸਮ ਅਦਾ ਕੀਤੀ ਗਈ ਕਈਆਂ ਸਾਲਾਂ ਬਾਅਦ ਡਾਕਟਰ ਨੇ ਪੈਰੀਂ ਚਪਲਾਂ ਪਾਈਆਂ ਦੂਜੇ ਡੰਗ ਦੀ ਰੋਟੀ ਖਾਣੀ ਸ਼ੁਰੂ ਕੀਤੀ ਤੇ ਫਰਸ਼ ਦੀ ਤਾਂ ਮੰਜੇ ਤੇ ਸੌਣਾ ਸ਼ੁਰੂ ਕਰ ਬਿਆ ਇਸ ਸਮੇਲਨ ਵਿੱਚ ਸ਼ਹਿਰ ਦੇ ਵੱਡੇ ਵੱਡੇ ਪਤਵੰਤੇ ਤੇ ਹਾਕਮ ਸ਼ਾਮਲ ਹੋਏ ਜਿਨ੍ਹਾਂ ਨੇ ਮੁਕਤ કંਠ ਨਾਲ ਡਾਕਟਰ ਆਨੰਦ ਦੀਆਂ ਕਾਲਨਾਵਾਂ ਤੇ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਉਦੇ ਗਲੇ 'ਚ ਹਾਰ ਪਹਿਨਾਈ। ਫਿਰ ਇੱਕ ਸਮਾਂ ਆਇਆ ਜ ਜਿਨੇ ਡਾਕਟਰ ਦੇ ਪ੍ਰਸ਼ੰਸਕਾਂ ਥੋੜਾ ਵਾਅਦਾ ਕਰ ਦਿੱਤਾ। ਅੰਬਾਲੇ ਦੇ ਸਾਰੇ ਰਕਬੇ 'ਚ ਡਾਕਟਰ ਆਨੰਦ ਨੂੰ ਤਨੰਤਰ ਤੇ ਹਤਮਤਾਈ ਦਾ ਦਰਜਾ ਦਿੱਤਾ ਜਾਣ ਲੱਗਾ। ਇਹ ਸਮਾਂ ਉਸੇ ਜਦੋਂ ਪੰਜਾਬ ਦੀ ਵੰਡ ਤੋਂ ਬਾਅਦ ਇਹਦੇ ਵਾਸੀਆਂ ਦੀਆਂ ਹੱਡੀਆਂ ਤੇ ਮਿੱਝਦੀਆਂ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਜਦ ਇਧਰੋਂ ਉਧਰ ਜਾਣ ਵਾਲੀਆਂ ਤੇ ਉਧਰੋਂ ਇਧਰ ਆਉਣ ਵਾਲੀਆਂ ਸਮੂੱਚੀਆਂ ਰੇਲ ਗੱਡੀਆਂ ਨੂੰ ਮਨੁੱਖੀ ਲਹੂ ਤੇ ਕਟੀਆਂ ਹੋਈਆਂ ਲੋਥਾਂ ਨਾਲ ਭਰ ਦਿੱਤਾ ਜਾਂਦਾ ਸੀ। ਇਹੋ ਸਮਾਂ ਸੀ ਜਦ ਡਾਕਟਰ ਅਨੰਦ ਦਾਇਕ ਇਕਪਲ ਲਹੂ ਤੇ ਚਿੱਕੜ ਦੇ ਲੋਥਾਂ ਦੇ ਅਮਾਰਾਂ ਚ ਘੁੰਮਦਿਆਂ ਬੀਤਦਾ ਸੀ ਜਦ ਨਾ ਸਰਕਾਰੀ ਹਸਪਤਾਲਾਂ ਚ ਕੋਈ ਥਾਂ ਬਚੀ ਸੀ ਤੇ ਨਾ ਗੈਰ ਸਰਕਾਰੀ ਸ਼ਫਾਖਾਨਿਆਂ ਚ ਇਹਨਾਂ ਦਿਨਾਂ ਚ ਡਾਕਟਰ ਅਨੰਦ ਦੇ ਮਕਾਨ ਤੇ ਉਹਦੇ ਵਿਹੜੇ ਚ ਨਿਕਾਂ ਮੰਜੇ ਮਰੀਜ਼ਾਂ ਨਾਲ ਭਰੇ ਸਨ ਦਿਨ ਰਾਤ ਤੇ 24 ਘੰਟੇ ਉਹਨੂੰ ਐਪਰਨ ਗਲੋਂ ਉਤਾਰਨਾ ਨਸੀਬ ਨਹੀਂ ਸੀ ਹੁੰਦਾ ਆਪਣੇ ਕੁਝ ਸਹਿਕਾਰੀਆਂ ਦੀ ਮੌਜੂਦਗੀ ਚ ਉਹ ਇੱਕ ਟ੍ਰੇਨ ਦੇ ਵੱਡੇ ਟੁੱਕੇ ਲੋਕਾਂ ਚੋਂ ਜਿਉਂਦਿਆਂ ਸੈਕਦਿਆਂ ਦੀ ਚੋਣ ਕਰਕੇ ਮਸੇ ਵੇਲਾ ਹੁੰਦਾ ਕਿ ਕੋਈ ਹੋਰ ਗੱਡੀ ਆ ਮੌਜੂਦ ਹੁੰਦੀ ਡਾਕਟਰ ਰੋਵੇਂ ਲਹੂ ਲਿਬੜੇ ਐਪਰਨ ਨਾਲ ਇਧਰੋਂ ਉੱਠ ਭੱਜਦਾ ਉਧਰ ਭੱਜ ਵਗਦਾ ਨਾ ਭੁੱਖ ਦੀ ਨਾ ਨੀਂਦਰ ਤੇ ਨਾ ਹੀ ਥਕੀਵੇਂ ਦੀ ਪਰਵਾਹ ਕਰਦਿਆਂ ਉਹਨੇ ਦੋ ਕੁ ਮਹੀਨੇ ਨਿਰੰਤਰ ਦੇ ਸੇਵਾ ਚ گزارੇ ਇਹਦਾ ਫਲਸਰੂਪ ਸੈਂਕੜੇ ਨਹੀਂ ਹਜ਼ਾਰਾਂ ਰੱਬ ਦੇ ਜੀ ਮੌਤ ਦੀਆਂ ਦਾੜਾਂ ਹੇਠੋਂ ਨਿਕਲ ਕੇ ਇੱਕ ਵਾਰੀ ਫੇਰ ਜ਼ਿੰਦਗੀ ਚ ਪਰਤ ਆਏ ਡਾਕਟਰ ਆਨੰਦ ਦੀਆਂ ਇਹਨਾਂ ਬੇਮਿਸਾਲ ਕਰਨੀਆਂ ਨੂੰ ਵੇਖ-ਵੇਖ ਕੇ ਤੇ ਸੁਣ-ਸੁਣ ਕੇ ਲੋਕੀ ਮੂੰਹ ਚ ਉਂਗਲਾਂ ਪਾ ਲੈਂਦੇ। ਉੜਕ ਜਦ ਨਿੱਤ ਦੇ ਥੱਕੇਵਿਆਂ ਤੇ ਜਗਰਾਤਿਆਂ ਕਾਰਨ ਉਹ ਮੰਜੇ ਤੇ ਪੈ ਗਿਆ ਤਾਂ ਉਹਦੀ ஆரோਖਤਾ ਲਈ ਲੋਕਾਂ ਨੇ ਆਪਣੇ ਇਸ਼ਟ ਦੇ ਪਾਸ ਕਿੰਨੀਆਂ ਕੋ ਪ੍ਰਾਰਥਨਾਵਾਂ ਕੀਤੀਆਂ। ਵਿਸ਼ੇਸ਼ ਤੌਰ ਤੇ ਉਹਨਾਂ ਮਰੀਜ਼ਾਂ ਨੇ ਜਿਨ੍ਹਾਂ ਦੀ ਡੋਰ ਅਜੇ ਤੇ ਕੇਵਲ ਉਹਦੇ ਹੱਥ 'ਚ ਸੀ। ਰੱਬੀ ਦਰਗਾਹ 'ਚ ਕਿੰਨੇ ਕ ਅਥਰੂ ਵਹਾਏ ਦੀ ਗਿਣਤੀ ਮਿਲਤੀ ਕਰਨੀ ਅਸੰਭਵ ਸੀ। ਦੁਖੀਆਂ ਦੇ ਇਸ ਮਸੀਹਾਨੇ ਜਦ ਕੁਝ ਦਿਨਾਂ ਬਾਅਦ ਤੰਦਰੁਸਤ ਹੋ ਕੇ ਮੰਝਾ ਛੱਡਿਆ ਫਿਰ ਉਹੀ ਡਾਕਟਰ ਆਨੰਦ ਤੇ ਉਹਦੀ ਉਹੀ ਉਹਦੇ ਅਣ ਥੱਕ ਤੇ ਅਮੁਕ ਰੁਝੇਵੇਂ ਸਨ ਲਹੂ ਤੇ ਅੱਗ ਦਾ ਤੂਫਾਨ ਅਜੇ ਪੂਰੀ ਤਰ੍ਹਾਂ ਥੰਮਿਆ ਵੀ ਨਹੀਂ ਸੀ ਕਿ ਵਤਨ ਛੋੜਾਂ ਦੀਆਂ ਵਹੀਰਾਂ ਇਧਰੋਂ ਉਧਰ ਤੇ ਉਧਰੋਂ ਇਧਰ ਆਉਣੀਆਂ ਸ਼ੁਰੂ ਹੋ ਗਈਆਂ ਰੇਲਾਂ ਮੋਟਰਾਂ ਤੇ ਹਵਾਈ ਸਰਵਸਾਂ ਤੋਂ ਵੀ ਜਦ ਕੁਝ ਨਾ ਸਰਿਆ ਤਾਂ ਦੋਆ ਪੰਜਾਬ ਦੇ ਵਸਨੀਕਾਂ ਨੇ ਲੰਮੇ-ਲੰਮੇ ਕਾਫਲਿਆਂ ਦੀ ਸ਼ਕਲ ਚ ਪੈਦਲ ਸਫ਼ਰ ਸ਼ੁਰੂ ਕਰ ਦਿੱਤੇ ਜਿਹੜੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਦੇਸ਼ ਦੇ ਹਰ ਪਾਸੇ ਫੈਲਦੇ ਜਾ ਰਹੇ ਸਨ ਖਾਸ ਕਰਕੇ ਪੂਰਬੀ ਪੰਜਾਬ ਦਾ ਇਹਨਾਂ ਨਾਲ ਭੂਰਿਆ ਗਿਆ ਸੀ ਡਾਕਟਰ ਆਨੰਦ ਨੇ ਆਪਣੀ ਸੇਵਾ ਦੇ ਦਾਇਰੇ ਨੂੰ ਹੋਰ ਚੌੜਾ ਕਰ ਦਿੱਤਾ ਡਾਕਟਰੀ ਸਰਵਿਸ ਤੋਂ ਛੋਟੇ ਨੇ ਖੋਰ ਰਸਤੇ ਨੂੰ ਵੀ ਅਪਣਾਉਣਾ ਸ਼ੁਰੂ ਕੀਤਾ ਜਿਹੜਾ ਦਵਾ-ਦਾਰੂ ਤੇ ਮੱਲਮ ਪੱਟੀ ਨਾਲੋਂ ਵੀ ਕਿਤੇ ਜ਼ਰੂਰੀ ਸੀ ਤੇ ਏਸੀ ਭੁੱਖ ਨਾਲ ਲੋਹਣੀਆਂ ਲੈਂਦੀ ਉਸ ਬੇ ਉੜਕ ਖਲਕਤ ਲਈ ਖੁਰਾਕ ਪੈਦਾ ਕਰਨ ਦਾ ਕੰਮ ਸੋ ਡਾਕਟਰ ਨੇ ਉਹਦੀ ਪਾਰਟੀ ਦਾ ਕੰਮ ਸੀ ਗਲੀ ਗਲੀ ਮੁਹੱਲੇ ਮੁਹੱਲੇ ਲੋਹਾਂ ਰਖਾਣੀਆਂ ਅੰਨ ਪਕਵਾਣਾ ਰੋਜ਼ਾਨਾ ਸੈਂਕੜੇ ਮਨ ਰੋਟੀਆਂ ਟਰੱਕਾਂ 'ਚ ਭਰ ਕੇ ਭੁੱਖਿਆਂ ਤੀਕ ਪਹੁੰਚਾਣੀਆਂ ਮੁੱਖਰੀ ਗੱਲ ਇਹ ਡਾਕਟਰ ਅੰਮ੍ਰਾਲਾ ਸ਼ਹਿਰ ਤੇ ਛੋਵਨੀ ਲਈ ਜੇ ਕੁਛੇ ਪਹਿਲਾਂ ਤਨੰਤਰ ਜਾਂ ਲੁਕਮਾਨ ਸਮਝਿਆ ਜਾਂਦਾ ਸੀ ਤੇ ਇਨੀ ਦਿਨੀ ਅੰਨ ਦਾਤਾ ਬਣ ਗਿਆ ਕਾਂਗਰਸ ਹਕੂਮਤ ਜਿਨੇ ਨਵੀਂ ਹਕੂਮਤ ਦੀ ਵਾਗਡੋਰ ਸੰਭਾਲੀ ਸੀ ਇੱਕਦਮ ਉਜੜੀ ਦੁਨੀਆ ਦੇ ਲੱਖਾਂ ਜੀਆਂ ਨੂੰ ਸੰਭਾਲਣ ਤੋਂ ਸਮਰਥ ਸੀ ਫਿਰ ਵੀ ਇਹ ਤਾਂ ਮੰਨਣਾ ਹੀ ਪਏਗਾ ਕਿ ਮਾਂ-ਪਾਵੇਂ ਅਸਮਰਥ ਤੇ ਕਮਜ਼ੋਰੀ ਸੀ ਪਰ ਹੈ ਤਾਂ ਸਕੀ ਮਾਂ ਜੇ ਕਰੀ ਇਹੋ ਜਿਹਾ ਉਥਲ-ਪੁਥਲ ਮਤਰੀ ਮਾਂ ਦੇ ਜ਼ਮਾਨੇ 'ਚ ਮੱਚਦਾ ਤਾਂ ਨਿਰਸੰਦੇ ਲੱਖਾਂ ਨਹੀਂ ਕਰੋੜਾਂ ਰੱਬ ਦੇ ਜੀ ਕੇਵਲ ਭੁੱਖ ਨਾਲ ਹੀ ਮੌਤ ਦਾ ਖਾਜਾ ਬਣ ਜਾਂਦੇ ਜਿਦੀ ਮਿਸਾਲ 1942 ਦੇ ਬੰਗਾਲ ਕਾਲ ਦੇ ਰੂਪ 'ਚ ਸਾਡੇ ਸਾਹਮਣੇ ਮੌਜੂਦ ਹੈ ਹਕੂਮਤ ਨੇ ਹੋਰ ਸਭ ਨਾਲ ਪਾਸਿਆਂ ਤੋਂ ਆਪਣਾ ਧਿਆਨ ਰੋਕ ਕੇ ਕੇਵਲ ਸ਼ਰਨਾਰਥੀਆਂ ਨੂੰ ਬਚਾਉਣ ਵੱਲ ਲਾਉਣਾ ਸ਼ੁਰੂ ਕਰ ਦਿੱਤਾ ਫਿਰ ਵੀ ਪਬਲਿਕ ਤੌਰ ਤੇ ਉਹਨਾਂ ਦੀ ਸੰਭਾਲ ਦਾ ਕੰਮ ਬਹੁਤ हद ਤੀ ਕੰਮ ਲੋਕਾਂ ਦੇ ਜਿੰਮੇ ਸੀ ਮਨੁੱਖ ਸ਼੍ਰੇਣੀ ਚੋਂ ਪੈਦਾ ਹੋਏ ਇਸ ਫਰਿਸ਼ਤੇ ਡਾਕਟਰ ਆਨੰਦ ਦੀਆਂ ਕਰਨੀਆਂ ਦਾ ਚਰਚਾ ਕਿਹੜੇ ਥਾਂ ਨਾ ਪੁੱਜਿਆ ਹੋਵੇਗਾ ਫਿਰ ਕੀ ਹਕੂਮਤ ਇਸ ਤੋਂ ਬੇਖਬਰ ਰਹਿੰਦੀ ਰਫਿਊਜ਼ੀਆਂ ਦੀ ਦੇਖਭਾਲ ਤੇ ਉਹਨਾਂ ਨੂੰ ਆਸਰਾ ਟਿਕਾਣਾ ਦੇਣ ਦੀ ਵੰਦ ਦੇ ਸਬੰਧ ਚ ਵੱਖ-ਵੱਖ ਸਮਿਆਂ ਉੱਤੇ ਕਈ ਜ਼ਿੰਮੇਵਾਰੀਆਂ ਹਕੂਮਤ ਵੱਲੋਂ ਹੋਰ ਲੋਕਾਂ ਦੇ ਨਾਲ ਨਾਲ ਡਾਕਟਰ ਆਨੰਦ ਨੂੰ ਵੀ ਸੌਂਪੀਆਂ ਜਾਂਦੀਆਂ ਰਹੀਆਂ ਜਿਸ ਕਰਕੇ ਉਹਦੇ ਰਜੇਵਿਆਂ 'ਚ ਦਿਨੋਂ ਦਿਨ ਵਾਧਾ ਹੁੰਦਾ ਚੱਲ ਗਿਆ ਕਮਕਾਰ ਦੇ ਖਿਲਾਰੇ ਤੇ ਆਉਣ ਜਾਣ ਵਾਲਿਆਂ ਦੀ ਬਹੁਤਾਤ ਕਰਕੇ ਡਾਕਟਰ ਆਨੰਦ ਦਾ ਨਿੱਜੀ ਮਕਾਨ ਕਾਫੀ ਨਹੀਂ ਸੀ ਜਿਸ ਕਰਕੇ ਉਹਨੂੰ ਜੇਲ੍ਹ ਰੋਡ ਉੱਤੇ ਕਿਸੇ ਮੁਸਲਮਾਨ ਦੀ ਛੱਡੀ ਹੋਈ ਵਿਸ਼ਾਲ ਕੋਠੀ ਅਲਾਟ ਕਰ ਦਿੱਤੀ ਗਈ ਜਿਹਨੂੰ ਲੈਂਡ ਪਹਿਲਾਂ ਤਾਂ ਉਹਨੇ ਨਾਂ ਨੁੱਕਰ ਕੀਤੀ ਪਰ ਸ਼ਹਿਰ ਦੇ ਲੋਕਾਂ ਨੇ ਜਦ ਜ਼ੋਰ ਦਿੱਤਾ ਤਾਂ ਉਹਨੂੰ ਕਬੂਲਣੀ ਪਈ ਇਸ ਤੋਂ ਪਹਿਲਾਂ ਸ਼ਹਿਰ 'ਚ ਸਬਜ਼ੀ ਮੰਡੀ ਕੋਲ ਕਰਕੇ ਉਦੀ ਦੁਕਾਨ ਸੀ ਪਰ ਜਦ ਤੋਂ ਉਹਨੂੰ ਜੇਲ੍ਹ ਰੋਡ ਵਾਲੀ ਕੋਟੀ ਕੋਠੇ ਅਲਾਟ ਹੋਈ ਸ਼ਹਿਰ ਵਾਲੀ ਦੁਕਾਨ ਉਹਨੇ ਛੱਡਤੀ ਕਿਉਂਕਿ ਰੁਜ਼ੀਮਿਆਂ ਦੀ ਵੱਧ ਜਾਣ ਕਰਕੇ ਹੁਣ ਉਹ ਦੁਕਾਨ ਦਾ ਖਟਰਾਕ ਨਹੀਂ ਸੀ ਨਿਭਾ ਸਕਦਾ ਜਦ ਕਿ ਅੰਬਾਲਾ ਦੇ ਰਿਫਿਊਜੀ ਕੈਂਪਾਂ ਚੋਂ ਨੂੰ ਰੋਜ਼ਾਨਾ ਡਿਊਟੀ ਦੇਣੀ ਪੈਂਦੀ ਸੀ ਜਿਨ੍ਹਾਂ ਬਿਮਾਰਾਂ ਨੇ ਉਸ ਪਾਸ ਆਉਣਾ ਹੁੰਦਾ ਕੋਠੇ ਪਹੁੰਚ ਜਾਇਆ ਕਰਦੇ ਬਿਮਾਰ ਵਿਚਾਰੇ ਤਾਂ ਕੇਵਲ ਆਪਣੀ ਰੋਗ ਨਿਵਰਤੀ ਲਈ ਉਸ ਪਾਸ ਆਉਂਦੇ ਪਰ ਮਕਾਨਾਂ ਤੇ ਵਰਕਸ਼ਾਪਾਂ ਦੇ ਮਤਲਾਸ਼ੀ ਜਿਨ੍ਹਾਂ 'ਚ ਕਈ ਸਥਾਨਕ ਲੋਕ ਵੀ ਸਨ ਆਪਣੇ ਆਪ ਨੂੰ ਰਫਿਊਜੀ ਦੱਸ ਕੇ ਉਸ ਪਾਸ ਆਪਣੇ ਦੁੱਖਾਂ ਦੀ ਬਨੌਟੀ ਕਹਾਣੀਆਂ ਲੈ ਕੇ ਆ ਪਹੁੰਚਦੇ। ਲੋਕ ਜਦ ਮੁਸਲਮਾਨਾਂ ਦੇ ਛੱਡੇ ਹੋਏ ਭਰੇ ਭਰਾਏ ਘਰਾਂ ਤੇ ਮਾਲ ਨਾਲ ਅਫਰੀਆਂ ਦੁਕਾਨਾਂ ਵੱਲ ਤੱਕਦੇ ਤਾਂ ਉਹਨਾਂ ਦੇ ਮੂੰਹ 'ਚ ਪਾਣੀ ਭਰ ਆਉਂਦਾ। ਕਈ ਤਰ੍ਹਾਂ ਦੀਆਂ heira-pheriyan ਨਾਲ ਉਹਨਾਂ ਨੂੰ ਹਥਿਆਉਣ ਖਾਤਰ ਡਾਕਟਰ ਆਨੰਦ ਦਾ ਬੂਆ ਆਖੜਕਾਉਂਦੀ। ਮੁਸ਼ਕਲ ਇਹ ਸੀ ਕਿ ਰਫਿਊਜੀ ਵੀ ਸਾਰੇ ਧਰਮ ਰਾਸਤੇ ਉੱਤੇ ਨਹੀਂ ਸਨ ਚੱਲ ਰਹੇ। ਉਹਨਾਂ 'ਚ ਵੀ ਕਈ ਦਾਅਮਾਰੀ ਕਰਨ ਵਾਲੇ ਸੀ। ਘਰ ਦੇ ਜਿੰਨੇ ਜੀ ਹੁੰਦੇ ਮਕਾਨਾਂ ਜਾਂ ਦੁਕਾਨਾਂ ਲਈ ਉਹਨਾਂ ਸਾਰਿਆਂ ਵੱਲੋਂ ਵੱਖ-ਵੱਖ ਦਰਖਾਸਤਾਂ ਪੁੱਗਤਾਈਆਂ ਜਾਂਦੀਆਂ। ਕੰਮ ਦੀ ਇੰਨੀ ਪਰਮਾਰ ਹੋ ਗਈ ਸੀ ਕਿ ਇਕੱਲੇ ਡਾਕਟਰ ਪਾਸੋਂ ਇਹਦਾ ਨਿਭਾਣਾ ਮੁਸ਼ਕਿਲ ਹੋ ਗਿਆ ਸੀ। ਜਿਸ ਕਰਕੇ ਹੌਲੀ-ਹੌਲੀ ਮਹਿਕਮਾ ਕਸਟੋਡੀਅਨ ਦਾ ਇੱਕ ਸਪੈਸ਼ਲ ਸਟਾਫ ਬਣ ਗਿਆ ਤੇ ਡਾਕਟਰ ਦੇ ਨਾਲ ਕੰਮ ਕਰਨ ਵਾਲਿਆਂ ਦੀ ਗਿਣਤੀ ਕਾਫੀ ਹੋ ਗਈ। ਜਿਸ ਕਰਕੇ ਉਹਨੂੰ ਕੁਝ ਆਰਾਮ ਨਸੀਬ ਹੋਣ ਲੱਗਾ। ਖੋਖਿੰਝ ਕੇ ਰੋਜ਼ਾਨਾ ਥੋੜਾ ਜਿਹਾ ਵਕਤ ਆਪਣੇ ਆਰਾਮ ਲਈ ਜ਼ਰੂਰ ਕੱਢਦਾ। ਪਰ ਲੋਡ ਨਾਲੋਂ ਬਹੁਤ ਘੱਟ ਕਦੀ ਕਦੀ ਤਾਂ ਇਸ ਹਰ ਵੇਲੇ ਦੀ ਹਜ਼ੂਰ ਤੇ ਜਨਾਬ ਜਨਾਬ ਤੋਂ ਛਿੱਥਾ ਪੈ ਜਾਂਦਾ ਜਿਸ ਪਾਸੇ ਵੀ ਉਹ ਜਾਂਦਾ ਭਾਵੇਂ ਰਫਾ ਹਾਜ਼ਤ ਲਈ ਵੀ अनेका ਸਵਾਲੀ ਹੱਥਾਂ 'ਚ ਦਰਖਾਸਤਾਂ ਭੜੀ ਉਹਦੇ ਮਗਰਮਗਰ ਫਿਰਦੇ ਹੋਏ ਮੌਕੇ ਦੀ ਭਾਲ 'ਚ ਰਹਿੰਦੀ ਕਿਵੇਂ ਉਹ ਇੱਕ ਵਾਰੀ ਉਹਨਾਂ ਵੱਲ ਤੱਕੇ ਤੇ ਉਹ ਦਰਖਾਸਤ ਦੇ ਨਾਲ ਹੀ ਆਪਣੇ ਦੁੱਖਾਂ ਦਰਦਾਂ ਦੀ ਕਹਾਣੀ ਸ਼ੁਰੂ ਕਰਨ ਦਿਨ ਬੀਤੇ ਗਏ ਡਾਕਟਰ ਆਨੰਦ ਦੀਆਂ ਮਿਹਰਬਾਨੀਆਂ ਜਾਂ ਉਹਦੇ ਸਾਥੀ ਬਾਬੂਆਂ ਦੀਆਂ ਚਾਪ ਲੂਸੀਆਂ ਦਾ ਸਦਕਾ ਕਈ ਅਧਿਕਾਰੀਆਂ ਤੇ ਕਈਆਂ ਅਨਧਿਕਾਰੀਆਂ ਦੇ ਕਾਰਜਰਾਸ ਹੁੰਦੇ ਗਏ ਅਖੀਰ ਜਦੋਂ ਨੂੰ ਪਤਾ ਲੱਗਾ ਕਿ ਉਹਦੇ ਨਾਲ ਕੰਮ ਕਰਨ ਵਾਲੇ ਬੜੀਆਂ ਅਜੀਬ ਜਿਬ ਚਲਾਕੀਆਂ ਨਾਲ ਲੋਕਾਂ ਤੋਂ ਕੰਮ ਕਢਦੇ ਤੇ ਇਸ ਬਦਲੇ ਲੋਕਾਂ ਪਾਸੋਂ ਸੈਂਕੜੇ ਰੁਪਏ ਮੁੱਚਦੇ ਨੇ ਤਾਂ ਉਹਦੇ ਤਨ ਬਦਲ ਨੂੰ ਅੱਗ ਲੱਗ ਗਈ ਉਹਨੇ ਕਈਆਂ ਨੂੰ ਡੰਡ ਪਟ ਕੀਤੀ ਕਈਆਂ ਨੂੰ ਮੁਕਦਮੇ ਚਲਾਉਣ ਦੇ ਡਰਾਵੇ ਦਿੱਤੇ ਪਰ ਉਹਦਾ ਅਸਰ ਕੁਝ ਵੀ ਨਾ ਹੋਇਆ ਆਵਾਜੂ ਉੱਤੇ ਸੀ ਡਾਕਟਰ ਅਨੰਦ ਦੇਸ ਕੋਲ ਅਣਜਾਣ ਨਹੀਂ ਸੀ ਕਿ ਭਰੇ ਭਰਾਏ ਘਰਾ ਹੱਟੀਆਂ ਫੈਕਟਰੀਆਂ ਤੇ ਮਿੱਲਾਂ ਨੂੰ ਪ੍ਰਾਪਤ ਕਰਨ ਲਈ ਲੋਕਾਂ ਵੱਲੋਂ ਕੀ ਕੀ ਚਾਲਾਂ ਚੱਲੀਆਂ ਜਾ ਰਹੀਆਂ ਨੇ ਉਹ ਕੱਚੀ ਚੀਆਂ ਖਾ ਖਾ ਉੱਠਦਾ ਉਹਦਾ ਜੀ ਕਰਦਾ ਇਸ ਲੋਟੀ ਨੂੰ ਦੂਰ ਕਰਨ ਲਈ ਤੇ ਇਸ ਧੱਕੇਸ਼ਾਹੀ ਦਾ ਮਲਿਆ ਮੇਟ ਕਰਨ ਲਈ ਉਹਨੂੰ ਕੋਈ ਐਸੀ ਸ਼ਕਤੀ ਲੱਭ ਪਵੇ ਪਵੇ ਜੀ ਦੀ ਮਦਦ ਨਾਲ ਰਾਤੋਂ ਉਰੇ ਉਰੇ ਇਹੋ ਜੇ ਲੋਕਾਂ ਨੂੰ ਜਹਨਮ ਰਸੀਦ ਕਰ ਦੇਵੇ ਪਰ ਉਹਦੇ ਸਾਰੇ ਮਨਸੂਬੇ ਰੇਤ ਦੀ ਕੰਧ ਬਣ ਕੇ ਟਹਿ ਜਾਂਦੇ ਜਦੋਂ ਹੀਠਾਂ ਤੋਂ ਪ੍ਰਤੀਕ ਹਰ ਇੱਕ ਛੋਟੇ ਵੱਡੇ ਨੂੰ ਇਸ ਰੋਗ 'ਚ ਗਰਸਿਆ ਵੇਖਦਾ ਉਹਨੇ ਵੱਡੇ ਵੱਡੇ ਇਹ ਅਫਸਰਾਂ ਤੋਂ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਛੇਤੀ ਪਤਾ ਲੱਗ ਗਿਆ ਕਿ ਇਸ ਹਮਾਮ 'ਚ ਸਾਰੇ ਨੰਗੇ ਹਨ ਕੀ ਵੱਡੇ ਕੀ ਛੋਟੇ ਕਈ ਵਾਰੀ ਜਦੋਂ ਉਹਨੂੰ ਘੜੀ ਪਾਲੀ ਇਕਾਂਤ 'ਚ ਸੋਚਣ ਦਾ ਮੌਕਾ ਮਿਲਦਾ ਹੈਰਾਨੀ ਦੇ ਨਾਲ ਉਹਦੀ ਝੰਝਲਾਟ ਵੀ ਹੱਦਾਂ ਬੰਨੇ ਟੱਪ ਜਾਂਦੀ ਉਹ ਮੁੱਠਾਂ ਮੀਟ ਕੇ ਦਿਲੀ-ਦਿਲ ਚ ਪੁਕਾਰ ਉੱਠਦਾ ਕਿ ਇਹ ਦੁਨੀਆ ਸਾਰੀ ਗਰਕਣ ਤੇ ਆ ਗਈ ਹੈ ਕਿ ਇਮਾਨਦਾਰੀ ਤੇ ਧਿਆਨਦਾਰੀ ਦਾ ਲਫ਼ਜ਼ ਕੇਵਲ ਸ਼ਬਦ ਕੋਸ਼ ਦਾ ਹੀ ਸਰਮਾਇਆ ਰਹਿ ਗਏ ਨੇ ਕਿ ਗਰੀਬਾਂ ਤੇ ਲੋੜਵੰਦਾਂ ਦੇ ਹੱਕਾਂ ਉੱਤੇ ਇਸੇ ਤਰ੍ਹਾਂ ਦਿਨ ਦੀ ਵੀ ਡਾਕੀ ਵੱਜਦੇ ਰਹਿਣਗੇ ਤੇ ਇਹਨਾਂ ਦੀ ਸੁਣਵਾਈ ਲਈ ਕਿਤੇ ਵੀ ਕੋਈ ਥਾਂ ਨਹੀਂ ਲੱਭੇਗਾ ਕਦੀ ਉਹ ਇਸ ਗੱਲ ਨੂੰ ਇੱਕ ਹੋਰ ਪਹਿਲੂ ਤੋਂ ਸੋਚਣ ਲੱਗ ਪੈਂਦਾ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਨਿਕਲ ਸਕਦੇ ਜੱਤੀ ਕੇਸ ਮਸ਼ੀਨ ਦੇ ਸੰਚਾਲਕ ਤਬਕੇ ਨੂੰ ਦਰੁਸਤ ਨਾ ਕੀਤਾ ਜਾਏ ਤਾਂ ਤਿੱ ਕੁਝ ਨਹੀਂ ਬਣ ਸਕਦਾ ਤੇ ਜੇ ਮੈਂ ਯਤਨ ਕਰਾਂ ਤਾਂ ਅਸੈਂਬਲੀ ਦੀ ਕਿਸੇ ਕੁਰਸੀ ਤੀਕ ਜ਼ਰੂਰ ਉੱਪਰ ਸਪਾਵਾਂਗਾ ਇੱਕ ਵਾਰੀ ਪਹੁੰਚਣ ਦੀ ਢਿੱਲ ਹੈ ਹੇਠਲੀ ਉੱਤੇ ਲਿਆ ਕੇ ਛੱਡਾਂਗਾ ਇਹ ਭਾਰਗੋ ਤੇ ਸੱਚਰ ਬਜ਼ਾਰਤਾਂ ਕੁਝ ਨਹੀਂ ਸਵਾਰਨ ਜੋਗੀਆਂ ਇੱਥੇ ਤਾਂ ਕੋਈ ਮਰਜ਼ੀ ਵੜਾਈ ਬੈਠ ਕੇ ਇਸ ਉੱਤੇ ਹੋਏ ਆਵੇ ਨੂੰ ਠੀਕ ਕਰ ਸਕਦਾ ਹੈ ਇਹ ਰਿਸ਼ਵਤਾਂ ਚੋਰ ਬਜ਼ਾਰੀਆਂ ਸਫਾਰਸ਼ੀ ਰਿਆਇਤਾਂ ਤੇ ਇਹ ਬੁਰਛੇ ਗਰਦੀਆਂ ਕੀ ਵਿਜ਼ਾਰਤ ਚ ਕੋਈ ਵੀ ਬੰਦਾ ਨਹੀਂ ਜਿਹੜਾ ਇੱਕ ਵਾਰਾ ਮੁੱਢ ਤੋਂ ਲੈ ਕੇ ਛੇਕੜ ਤੀਕ ਸਾਰੀ ਇਸ ਗਲਤ ਉਤਰ ਦੇ ਬਖੀਉ ਦੇਡ ਸੁੱਟੇ ਕਾਸ਼ ਕਦੀ ਉਹਨਾਂ ਦੀ ਥਾਂ ਮੈਂ ਹੁੰਦਾ ਇਹਨਾਂ ਸੋਚਾਂ ਦੇ ਨਾਲ ਨਾਲ ਉਹਦੇ ਹਿਰਦੇ ਦੀ ਕਿਸੇ ਡੁੰਘੇਰੀ ਅਤ ਡੁੰਘੇਰੀ ਤਹਿ ਹੇਠ ਹੋਈ ਖੋਰ ਆਵਾਜ਼ ਕਦੀ ਕਦੀ ਉਹਨੂੰ ਸੁਣਾਈ ਦਿੰਦੀ ਮੈਂ ਵੀ ਤਾਂ ਉਹਨਾਂ ਵਰਗਾ ਹੀ ਇੱਕ ਇਨਸਾਨ ਆ ਜਿਨੇ ਅਸੂਲ ਦੀ ਖਾਤਰ ਆਪਣੀ ਜ਼ਿੰਦਗੀ ਦਾ ਚੋਖਾ ਹਿੱਸਾ ਜਫਰ ਜਾਲਦਿਆਂ ਕਸ਼ਟ ਸਹੰਦਿਆਂ گزار ਦਿੱਤਾ ਹੈ ਲੋਕ ਸੇਵਾ ਦੇ ਇਸ਼ਕ ਵਿੱਚ ਆਪਣੀ ਪ੍ਰੈਕਟਿਸ ਦੀ ਸਾਰੀ ਖੱਟੀ ਧਰਮ ਅਰਥ ਲਾ ਦੇਣਾ ਮੇਰੀ ਸਾਰੀ ਪੂੰਜੀ ਸੇਵਾ ਦੀ ਵੇਦੀ ਉੱਤੇ ਆਹੋਤੀ ਦੇ ਚੁੱਕੀ ਐ ਅੱਜ ਜੇ ਕੋਈ ਮੇਰਾ ਅੰਦਰ ਫੋਲ ਕੇ ਵੇਖੇ ਤਾਂ ਸਭ ਕੁਝ ਦੇ ਲੈ ਕੇ 5-4000 ਦਾ ਕਰਜ਼ਾਈ ਹੀ ਨਿਕਲਾਂਗਾ ਐਡਾ ਮਹਾਨ ਜਿਗਰਾ ਕਿਸੇ ਦਾ ਹੋਏਗਾ ਜਿਹੜਾ ਆਪਣੇ ਗ੍ਰਸਥ ਜੀਵਨ ਦੇ ਸਵਰਗੀ ਭਵਿੱਖ ਨੂੰ ਲੱਤ ਮਾਰ ਕੇ ਇੱਕ ਤਰ੍ਹਾਂ ਨਾਲ ਸਦਾ ਕੁਆਰਾ ਰਹਿਣ ਦੀ ਪ੍ਰਤੀਗਿਆ ਲੈ ਬੈਠੇ ਜੇ ਮੈਂ ਚਾਹੁੰਦਾ ਤਾਂ ਅੱਜ ਆਪਣੀ ਪਤਨੀ ਆਪਣੇ ਬਾਲ ਬੱਚੇ ਆਪਣੇ ਐਸ਼ਵਰਿਆ ਦੀ ਫੁੱਲਵਾੜੀ ਦਾ ਬਾਗਬਾਨ ਨਹੀਂ ਸੀ ਬਣ ਸਕਦਾ ਜੇ ਮੈਂ ਚਾਹਾਂਦਾ ਤਾਂ ਆਪਣੀ ਪ੍ਰੈਕਟਿਸ 'ਚ ਲੱਖਾਂ ਰੁਪਏ ਕਮਾ ਕੇ ਸੁੱਖ ਦੇ ਭੰਗੂੜੇ ਨਹੀਂ ਸੀ ਛੂਟ ਸਕਦਾ ਤੇ ਜੇ ਮੈਂ ਵੀ ਇਹਨਾਂ ਲੋਕਾਂ ਵਾਂਗ ਜ਼ਮੀਰ ਫਰੋਸ਼ੀ ਤੋਂ ਕੰਮ ਲੈਂਦਾ ਤਾਂ ਇਸ ਅੰਨੀ ਲੁੱਟ ਵਿੱਚੋਂ ਸਹਿਜੇ ਹੀ ਲੱਖਾਂ ਦੇ ਬਾਰੇ ਨਿਆਰੇ ਨਹੀਂ ਸੀ ਕਰ ਸਕਦਾ ਜਦ ਕਿ ਸਭ ਕੁਝ ਮੇਰੇ ਇਖਤਿਆਰ 'ਚ ਹੈ ਕਿੰਨੀ ਬੇਨਜ਼ੀਰ ਕੁਰਬਾਨੀ ਕਿੰਨਾ ਕਠਨ ਤਿਆਗ ਹਿਰਦੇ ਦੀ ਨੁਗਾਈ ਜਿੱਥੋਂ ਇਹ ਆਵਾਜ਼ਾਂ ਕਦੀ-ਕਦੀ ਉਹ ਸੁਣਦਾ ਸੀ ਉਸ ਤੋਂ ਵੀ ਹੇਠਲੀ ਕਿਸੇ ਹੋਰ ਤਹਿ ਵਿੱਚੋਂ ਕੁਝ ਹੋਰ ਤਰ੍ਹਾਂ ਦੀ ਫੁਸਫੁਸਾਟ ਜੀ ਵੀ ਉਹਨੂੰ ਸੁਣਾਈ ਦਿੰਦੀ ਪਰੀ ਕੁਰਬਾਨੀ ਇਤਿਆਗ ਕ ਤੱਕ ਮੰਨਿਆ ਕਿ ਲੋਕ ਸੇਵਾ ਜ਼ਿੰਦਗੀ ਦੀਆਂ ਬਹੁਤ ਉੱਚੀਆਂ ਕੀਮਤਾਂ ਚੋ ਐ ਪਰ ਪੇਟ ਦਾ ਟੋਇਆ ਪੂਰਨਾ ਤੇ ਤਨ ਦਾ ਨੰਗੇ ਢਕਣਾ ਇਹ ਵੀ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਐ ਆਖਿਰ ਕਦੋਂ ਤੱਕ ਮੈਂ ਪੱਲਿਓਂ ਖਾ ਕੇ ਇਹ ਘੋਲ ਘੁਲ ਸਕਾਂਗਾ ਜਦੋਂ ਜ਼ਿੰਦਗੀ ਦੀ ਅਖੀਰੀ ਮੰਜ਼ਲ ਤੇ ਪਹੁੰਚ ਕੇ ਥੱਕ ਕੇ ਹਾਰ ਕੇ ਟਹਿ ਪਾਵਾਂਗਾ ਫਿਰ ਕੀ ਬਣੇਗਾ ਧੰਨਵਾਦ ਚਲਦਾ